ਹਾਂਜੀ ਦੋਸਤੋ ਮੈਂ ਤੁਹਾਡਾ ਸਾਈ ਰਣਦੀਪ ਗਿੱਲ ਤੇ ਅੱਜ ਅਸੀਂ ਮੇਰੇ ਬਹੁਤ ਹੀ ਪਿਆਰੇ ਮਿੱਤਰ ਸੁਪਰਸਟਾਰ ਬਾਲੀਵੁੱਡ ਐਕਟਰ ਪੰਕਜ ਬੇਰੀ ਜੀ ਬੰਬੇ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ ਬਾਬਾ ਖੇਤਰਪਾਲ ਜੀ ਦੇ ਮੇਲੇ ਵਿੱਚ ਤੇ ਔਰ ਮੇਰੇ ਦੋਸਤ ਸੂਰਜ ਸੂਰ ਜੀ ਕਿਉਂਕਿ ਹਮੇਸ਼ਾ ਹੀ ਇਹ ਬਾਬਾ ਖੇਤਰਪਾਲ ਜੀ ਦਾ ਜਿਹੜਾ ਸਾਡਾ ਭੰਡਾਰਾ ਵਾ ਉਹ ਸਪੋਂਸਰ ਕਰਦੇ ਨੇ ਤੇ ਅੱਜ ਇਸ ਸੂਰ ਹੋਸਪਿਟਲ ਦੇ ਵਿਹੜੇ ਦੇ ਵਿੱਚ ਸੁਪਰਸਟਾਰ ਪੰਕਜ ਬੇਰੀ ਜੀ ਆਏ ਨੇ ਉਹ ਤੁਹਾਡੇ ਨਾਲ ਹੋਸਪਿਟਲ ਬਾਰੇ ਕੁਝ ਗੱਲਾਂ ਸਾਂਝੀ ਕਰਨਗੇ ਜੀ ਆਓ ਨਮਸਕਾਰ ਸਤਿ ਸ਼੍ਰੀ ਅਕਾਲ ਹੈਲੋ ਅੰਮ੍ਰਿਤਸਰ ਦੋਸਤੋ ਮੈਂ ਪੰਕਜ ਬੇਰੀ ਆਮ ਵੈਰੀ ਥੈਂਕਫੁਲ ਟੂ ਰਣਦੀਪ ਗਿੱਲ ਜੀ ਇਨਕੇ ਬੁਲਾਵੇ ਪਰ ਮੈਂ ਬਾਬਾ ਖੇਤਰਪਾਲ ਜੀ ਕੇ ਭੰਡਾਰੇ ਪਰ ਬੰਬੇ ਆਇਆ ਹੂੰ ਸੋਰੀ ਬੰਬੇ ਸੇ ਅੰਮ੍ਰਿਤਸਰ ਆਇਆ ਹੂੰ ਔਰ ਮੁਝੇ ਅਵਸਰ ਪ੍ਰਦਾਨ ਹੁਆ ਸੂਰਜ ਸ਼ੂਰ ਜੀ ਕੇ ਹੋਸਪਿਟਲ ਸ਼ੂਰ ਹੋਸਪਿਟਲ ਮੇ ਆਨੇ ਕਾ ਰਣਦੀਪ ਗਿੱਲ ਜੀ ਬੜੀ ਤਾਰੀਫ ਕਰ ਰਹੇ ਥੇ ਮੁਝੇ ਬਤਾ ਰਹੇ ਥੇ ਕਿ ਇਹ ਬਹੁਤ ਅੱਛਾ ਹੋਸਪਿਟਲ ਹੈ ਬਹੁਤ ਸੇਵਾ ਕਰਤੇ ਹੈ ਬਹੁਤ ਲੋਗੋਂ ਕੀ ਮਦਦ ਕਰਤੇ ਹੈ ਤੋ ਮੈਂ ਪਿਛਲੇ ਡੇਢ ਘੰਟੇ ਸੇ ਯਹੀਂ ਪਰ ਹੂੰ ਬਹੁਤ ਕੁਛ ਮੈਨੇ ਦੇਖਾ ਔਰ ਮੁਝੇ ਸਮਝ ਮੇ ਆ ਗਿਆ ਕਿ ਬਿਲਕੁਲ ਨੇਕ ਕਾਮ ਕਰ ਰਹੇ ਹੈ ਸੂਰਜ ਜੀ ਔਰ ਹਰ ਤਰ੍ਹਾਂ ਕਾ ਟ੍ਰੀਟਮੈਂਟ ਯੇ ਲੋਗੋਂ ਕੋ ਦੇ ਰਹੇ ਹੈ ਹਰ ਤਰ੍ਹਾਂ ਕੀ ਫੈਸਿਲਿਟੀਜ਼ ਯਹਾਂ ਪਰ ਦੇ ਰਹੇ ਹੈ ਤੋ ਮੈਂ ਆਪ ਸਭ ਸੇ ਇਹ ਬੇਨਤੀ ਕਰਤਾ ਹੂੰ ਕਿ ਅਗਰ ਆਪਕੋ ਕਿਸੀ ਵੀ ਤਰ੍ਹਾਂ ਕੀ ਕੋਈ ਪ੍ਰੋਬਲਮ ਹੋ ਮੈਡੀਕਲ ਆਪਕੋ ਜ਼ਰੂਰਤ ਹੋ तो आप शिव हॉस्पिटल में आए और अगर आप नहीं फीस दे पा रहे हैं बहुत जो नॉमिनल फीस आपसे ली जाएगी और हो सकता है कई लोगों का फ्री में इलाज करते हैं और किसी ज़रूरतमंद का इलाज फ्री में हुआ तो वो भी डॉक्टर साहब ज़रूर करेंगे और मेरी ढेर सारी शुभकामनाएं हैं डॉक्टर सूरज शूर को थैंक यू